स्वागत है किसान वीरो तुहाडा अपने यूट्यूब चैनल ढिल्लो डेयरी फार्म बरनाला दे विच। जिहड़े किसान वीर अपने इस चैनल ते पहली बार वीडियो देख रहे हैं उन्हां नूं रिक्वेस्ट आ कि अपने यूट्यूब चैनल नूं सबसक्राइब कर लिओ। सो किसी भी वीर ने इदां दी ऐड करवाउणी होवे तां तुसीं मेरे नाल कनैक्ट कर सकदे हो। मेरा मोबाइल नंबर 84270198817। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ, ਨਾਮ ਐਡਰੈਸ ਬੋਲ ਦਿਓ ਆਪਣਾ। ਨਾਮ ਪਿੰਡ ਭਦੌੜਾ ਜੀ, ਜ਼ਿਲ੍ਹਾ ਬਰਨਾਲਾ ਜੀ, ਨਾਮ ਰਾਜਦੀਪ ਸਿੰਘ ਹੈ ਜੀ। ਤੇ ਵੀਰੇ ਮੋਬਾਈਲ ਨੰਬਰ ਆਪਣਾ 9592274571 ਜੀ। 9592274571। ਹਾਂਜੀ। ਤੇ ਵੀਰੇ ਕਿਹੜਾ ਸੂਆ ਝੋਟੀ ਸੂਈ ਆ? ਇਹ ਤੀਜਾ ਸੂਆ ਸੂਈ ਆ ਜੀ। ਹੁਣ ਟਾਈਮ ਕਿੰਨਾ ਹੋ ਗਿਆ? ਬਸ ਇਹਨੂੰ ਮੰਨ ਕੇ ਚੱਲੋ 11 ਵਜੇ ਸੂਈ ਸੀ ਤੇ ਜੇਰ ਹੁਣੀ ਪੈ ਕੇ ਘਟੀ ਆ ਜੀ। ਸਵੇਰ ਜੇਰ ਸਾਹਮਣੇ ਪਈ ਆ, ਜਿਵੇਂ A to Z ਜਮਾ ਲੜ ਵਗੈਰਾ ਕੋਈ ਨਹੀਂ ਰਿਹਾ। ਤੇ ਪਿੱਛੇ ਕੱਟੀ ਬਹੁਤ ਪੈਰਾ ਤਗੜੀ ਕੱਟੀ ਵੀਰੇ, ਕਿਹੜੇ ਸੀਮਨ ਦੀ? ਕੱਟੀ ਮੋਦੀ ਦੀ ਆ ਜੀ, ਜਮਾ ਬਲੈਕ ਕੱਟੀ ਆ। ਸਵੇਰ ਮੋਦੀ ਦੀ ਕੱਟੀ ਦਿਖਾਉਣਾ ਤੁਹਾਨੂੰ, ਜਿੱਥੋਂ ਬਾਈਆਂ ਨੇ ਖਰੀਦੀ ਆ। A to Z ਬਲੈਕ ਪੂਰੀ ਤਗੜੀ ਮੋਦੀ ਦਾ ਲੋਕ ਸੀਮਨ ਦੀ ਖਾਤਾ ਤਰਸਦੇ ਆ। ਇੱਥੇ ਆਪਾਂ ਸਾਨੂੰ ਮੋਦੀ ਦੀ ਕੱਟੀ ਵੀ ਨਾਲ ਦੇਈ ਜਾਂਦੇ ਆ। ਸੁਭਰਾ ਸਿੰਘ ਮੂੰਹ ਮੱਥਾ ਦੇਖੋ, ਸਿੰਘ ਥੋੜਾ ਜਿਹਾ ਖੁੱਲਾ ਹੈਗਾ, ਪਰ ਲੇਕਿਨ ਥੋੜਾ ਜਿਹਾ ਸਿੰਘ ਖੁੱਲਾ ਹੋਵੇ ਦੁੱਧ ਵਗੈਰਾ ਵੀ ਖੈਰ ਚੰਗਾ ਹੁੰਦਾ ਕਿ ਵੀਰ ਨੂੰ ਪੁੱਛਦੇ ਆ ਕਿ ਦੁੱਧ ਕਿੰਨਾ। ਤੀਜਾ ਸੂਆ ਤਾਜ਼ੀ ਸੂਈ ਸਵਾਈ ਆ ਥਾਣ ਲੇਵਾ ਤੁਹਾਡੇ ਸਾਹਮਣੇ ਆ ਤੇ 11 ਵਜੇ ਕੁਛ ਧਾਰਾ ਵਗੈਰਾ ਮਾਰ ਕੇ ਬੱਚੇ ਨੂੰ ਦੁੱਧ ਪਿਆਇਆ ਬਾਈਆਂ ਨੇ। ਤੇ ਲੇਵਾ ਦੇਖੋ ਹੁਣ ਸ਼ਾਮ ਦਾ ਟਾਈਮ ਆ, ਚਵਾਈ ਇਹਦੀ ਹੁਣ ਇਦੂ ਬਾਅਦ ਹੋਣੀ ਆ ਤੇ ਪੂਰਾ ਸਾਫ਼ ਸੁਥਰਾ ਲੇਵਾ। ਕਿੰਨਾ ਵਾਲਾ ਚੋਇਆ ਬਾਈ? ਫਿਰ ਬਾਹਲਾ ਕੱਢਿਆ ਜੀ, ਉਹ ਸੂਈ ਆ ਫਿਰ ਜੇਰ ਪਈ ਆ। ਠੀਕ ਆ ਤੇ ਬਾਕੀ ਆ ਕਰੈਕਟ ਤੋੜ ਦੇ, ਲੰਬੀ ਤੋੜ ਦੇ, ਕੱਦ ਕਾਟ ਤੁਸੀਂ ਦੇਖ ਲਿਆ ਕਿੰਨਾ। ਆ ਥਾਂ ਥੂਣ ਦੇਖੋ, ਪੂਰੀ ਡਬਲ ਨਿੱਗਰ ਮੈਂ ਆ ਜਾਵਾਂ, ਹਾਥੀ ਵਰਗੀ ਪੂਰੀ ਹੁੰਦੜ ਹਿਲ, ਕੋਈ ਕਾਣ ਵਗੈਰਾ ਸਾਈਡ ਦੇ ਵਿੱਚ, ਕੋਈ ਉਨੀਕੀ ਦਾ ਫਲਡ ਵੀ ਨਹੀਂ। ਤੇ ਬਾਕੀ ਅੱਗੇ ਤੋਂ ਦੇਖੋ ਲੇਵਾ ਇਹਦਾ ਪੂਰਾ ਸੋਹਣਾ ਸਾਫ਼ ਸੁਥਰਾ, ਥਣ ਪੂਰਾ ਨਿਖਣਵਾ ਲੱਗਿਆ ਹੋਇਆ। ਸੁਭਰ ਥਣ ਹਵਾ ਨਾਲ ਦੇਖੋ ਪੂਰਾ ਸੋਹਣਾ ਅਤੇ ਗੁੱਲੇ ਵਾਲਾ ਥਣ ਲੱਗਿਆ ਹੋਇਆ। ਬਾਕੀ ਸਰੀਰ ਠੰਡੀ ਪੂਰੀ ਫੁੱਲਾਂ ਦੇਖ ਸਕਦੇ ਹੋ, ਕੋਈ ਚੱਕਰ ਨਹੀਂ। ਥਣ ਤੁਹਾਨੂੰ ਪੂਰਾ ਸਾਫ਼ ਸੁਥਰਾ, ਬੈਕ ਸਾਈਡ 'ਤੇ 5-6 ਉਂਗਲਾਂ ਨੂੰ ਥਣ ਹਵਾ ਨਾਲ ਜਾਂਦਾ ਪਿਆ ਦੇਖ ਸਕਦੇ ਹੋ। ਅਤੇ ਬਾਕੀ ਥਣ ਦੇਖੋ ਜਮਾਂ ਪੂਰਾ ਚੰਗਾ। ਜੇ ਅੱਗੇ ਆਪਾਂ ਵੀਰ ਨੂੰ ਪੁੱਛਦੇ ਹਾਂ ਦੁੱਧ ਕਿੰਨਾ ਦਿੱਤਾ ਇਹਨੇ, ਤੇ ਬਾਈ ਦੂਜੇ ਸੂਏ ਦੁੱਧ ਪਤਾ ਕਿੰਨਾ ਦਿੱਤਾ ਇਹਨੇ? ਦੂਜੇ ਸੂਏ ਦਾ ਜਿੱਥੋਂ ਆਪਾਂ ਲਈ ਆ ਜੀ ਦੁੱਧ ਦਾ ਰਿਕਾਰਡ 14 ਕਿਲੋ ਦਾ ਦੱਸਿਆ ਜੀ ਉਹਨਾਂ ਨੇ। ਠੀਕ ਹੈ। ਤੇ ਇਸ ਵਾਰ 15+ ਦੁੱਧ ਜਾਣ ਦੀ ਉਮੀਦ ਬਹੁਤ ਜ਼ਿਆਦਾ ਆ। ਜੇ ਤਾਂ ਆਪਣੇ ਘਰੇ ਰਹੇਗੀ ਫਿਰ ਤਾਂ ਆਪਾਂ 24 ਲਾਈਵ ਵੀ ਕਰਾ ਕੇ ਦੇ ਦਾਂਗੇ ਤੋਂ ਬਾਅਦ। ਠੀਕ ਹੈ। ਜੇ ਵੇਖ ਵੀ ਤਾਂ ਕਹਿਣਾ ਕੀ ਸਕਦੇ ਆ। ਕਈ ਵਾਰ ਵੀਰ ਸੂਏ 14 ਕਿਲੋ ਦੁੱਧ ਦਿੱਤਾ ਜੀ। ਕਈ ਵਾਰ ਵੀਰ ਕਹਿੰਦੇ 14-15 ਕਿਲੋ ਦੁੱਧ ਦਿੰਦੇ ਆ ਨਹੀਂ। 15 ਕਿਲੋ ਤਾਂ ਆਪਾਂ ਕਿੰਨੀਆਂ ਲਾਈਵ ਵੀਡੀਓ ਤੇ ਚਵਾ ਚਵਾ ਕੇ ਵੇਚੀ। 14-15 ਚਵਾਈਆਂ ਦੁੱਧ ਚਵਾ ਕੇ ਵੇਚੀ ਆ ਕੱਲ ਮੈਂ। ਕਿੰਨੀਆਂ ਥੋੜੇ 5 ਮਹੀਨੇ ਤਾਂ ਲਾਈਵ ਚਵਾਈ ਕਰਾ ਕੇ ਆਪਾਂ ਵੀਡੀਓ ਤੇ ਵੇਚੀਆਂ ਨੇ। ਠੀਕ, ਪਰ ਮੰਨ ਕੇ ਜਿਹੜੇ 20 ਜਣ ਦੁੱਧ 100% ਲੱਗ ਜਾਣੇ ਕਿ ਨਹੀਂ? ਬਾਈ ਜੀ ਮੈਂ ਤਾਂ ਜਿਹੜੀ ਦੁੱਧ ਵਾਲੀ ਆ 7ਵੇਂ 8ਵੇਂ 10ਵੇਂ ਦਿਨ ਦੁੱਧ ਦੇ ਆ ਜਾਂਦੀ ਹੈ। ਹੁਣ ਇੰਨਾ ਬੋਡੀ ਵੇਟ ਆ ਹਾਥੀ ਵਰਗੀ ਮੈਂ ਆ, ਜੇ ਇਹਨੇ ਦੁੱਧ ਨਾ ਕੱਢਿਆ ਬੋਡੀ ਵੇਟ ਨੇ ਦੁੱਧ ਦੇਣਾ ਜੀ। ਬਾਕੀ ਨਸਲ ਬਰੀਡ ਨੇ ਦੁੱਧ ਦੇਣਾ ਬਹੁਤ ਜ਼ਿਆਦਾ ਚੰਗੀ ਹੈ। ਬਾਕੀ ਪਤਾਮ ਕੋ ਦੇਖ, ਕੱਟੀ ਬਹੁਤ ਬੇਰੇ ਪਿੱਛੇ ਕੱਟੀ, ਬਰੀਕ ਪੂਸਰੀ ਜੜ ਦੇਖੋ ਜਮਾ ਬਿਲਕੁਲ ਬਰੀਕ ਹੈ। ਠੀਕ ਹੈ, ਇਹ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ। ਪਤਲੀ ਚਮੜੀ ਦੇ ਜਮਾ। ਤੇ ਮੁੱਲ ਬਾਈ ਕੀ ਰੱਖਿਆ ਦਾ ਫਿਰ? ਮੁੱਲ ਜੀ ਇਹਦਾ ਬਸ ਲੈਣ ਦੇਣੇ 1-5 ਦੀ ਦਵਾਂਗੇ। ਮਾੜੀ ਮੋਟੀ ਛੋਟ ਜਿਹਾ ਪਾਓ, ਮਾਰਦਾਨ ਜ਼ਰੂਰ ਕਰਾਂਗੇ ਜੀ, ਕੋਈ ਗੱਲ ਨਹੀਂ। ਸਵੇਰ 1,05,000 ਚੋਂ ਗਜਾਇਸ਼ ਹੋ ਜਾਣੀ ਹੈ। ਤਾਜ਼ੀ ਸੂਈ ਸਵਾਈ ਤੀਜਾ ਸੂਆ 15 ਕਿਲੋ ਦੁੱਧ ਵਾਲੀ ਮੈਂ ਆ ਜਾਵਾਂ। ਕਣਕਾਂ ਨੂੰ ਲੇਵਾ ਹੁੰਦਾ ਜਿਹੜਾ ਇਹਨੂੰ ਲੱਗੇ। ਠੀਕ ਹੈ। ਪਿੰਡ ਭਦੌੜ, ਜ਼ਿਲ੍ਹਾ ਬਰਨਾਲਾ, 9592274571 ਵੀਰ ਦਾ ਕੰਟੈਕਟ ਨੰਬਰ ਆ। ਸੋ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਤਾਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰਕੇ ਖਰੀਦਦਾਰੀ ਕਰ ਸਕਦੇ ਹੋ। ਨਾਰਮਲ ਰੇਟ ਵਿੱਚ ਵੀ ਹੈਗੀ ਹੈ ਜੀ। ਠੀਕ ਹੈ। ਇਹਦਾ ਕੀ ਭਾਅ ਵੀਰੇ? ਇਹ ਚੌਥਾ ਸੂਆ ਸੂਈ ਹੈ ਜੀ ਆਪਣੇ ਕੋਲੇ। ਠੀਕ ਹੈ ਜੀ। ਬਜਾ ਦੁੱਧ ਕਿੰਨਾ ਕਹ ਹਲੇ? ਦੁੱਧ ਜੀ ਇਹ 500 ਸੂਈ ਆ ਤੇ 9 ਕਿਲੋ ਬੋਲਾ ਜੀ ਇਹਦੇ ਥੱਲੇ। ਹੁਣ ਪਿੱਛੇ ਬੱਚਾ ਕੱਟੀ ਹੈ? ਪਿੱਛੇ ਕੱਟਾ ਜੀ ਇਹਦੇ। ਪਿੱਛੇ ਕੱਟਾ ਇਹਦਾ ਭਾਅ? ਇਹ ਬਸ 72,000 ਦੀ ਦੇ ਦਾਂਗੇ ਜੀ ਜਮਾ। ਹੁਣ 9 ਕਿਲੋ ਬੋਲਾ ਤਿਆਰ ਆ, ਦੁੱਧ 12 ਕਿਲੋ ਦੇ ਦੂਗੀ ਜੀ। ਤੇ ਚਬਾਈ ਚੁਬੀ ਤਾਂ ਇੰਨੀ ਜ਼ਿਆਦਾ ਚੰਗੀ ਗੱਲ ਨਹੀਂ, ਛੱਡ ਦੋ। ਨਹੀਂ ਵਧੀਆ ਚਬਾਈ ਆ, ਗਾਂ ਦੀ ਵੀ ਨਹੀਂ ਹੁੰਦੀ। ਪਰ ਚਵਾਈ ਵਗੈਰਾ ਦੇਖੋ ਚੰਗੀ ਆ, ਪੂਰੀ ਦੁੱਧ ਆਈ ਹੋਈ ਹੈ। ਮੈਂ ਹੁਣ 9 ਕਿਲੋ ਦੁੱਧ ਹੈਗਾ ਜਮਾ, 9 ਕਿਲੋ ਬੋਲਾ ਤਿਆਰ ਆ ਜੀ। ਅੱਜ ਪਰਸੋਂ ਦੀ ਸੂਈ ਹੋਈ ਆ, ਤੀਜਾ ਦੇਣਾ 12 ਕਿਲੋ ਦੁੱਧ ਮੈਂ ਦੂ ਚਮੜੀ ਬਰੀਕ ਪੈਟ ਪੁੜੇ ਦੀ ਬਹੁਤ ਚੰਗੀ 72,000। ਬਾਕੀ ਉਹ ਮੈਂ ਇਹਦੀ ਵਿੱਚ ਵਾਈ ਜਿਵੇਂ ਗਾਂ ਉਹ ਵੀ ਚੰਗੀ ਆ ਉਹਦੀ ਵੀ। ਠੀਕ ਹੈ। ਬਾਕੀ ਆਪਣੇ ਤੋਂ ਪੂਰੀ ਆਪਣੇ 5-7 ਮਹੀਆਂ ਖੜੀਆਂ, ਜਿੱਦੇ ਮਰਜ਼ੀ ਮੈਂ ਲੈ ਲਓ ਚਵਾਈ, ਗਾਂ ਤੋਂ ਵੀ ਚੰਗੀ ਹੋਊਗੀ ਆਪਣੀ ਮੈਂ ਦੀ। ਠੀਕ ਹੈ। ਸਵੇਰ ਕਿਸੇ ਵੀਰ ਦੇ ਦੋਨੇ ਨਗਾ ਚੋ ਕੋਈ ਨਗ ਪਸੰਦ ਹੋਵੇ ਤਾਂ 9592274571 ਜੀ। ਹਾਂਜੀ, ਇਹ ਵੀਰੇ ਕੱਟੀ ਦਾ ਕੀ ਮੁੱਲ ਕਰਦੇ ਆ? ਬਾਈ ਇਹ ਕੱਟੀ ਆਪਣੀ ਨਾ, ਇਹ ਗੱਲ ਅੱਜ ਮੁਸਲਮਾਨ ਦਿੰਦੇ ਸੀਗੇ ਤਾਂ 20,000 ਰੁਪਇਆ। ਠੀਕ ਹੈ। 21,000 ਦੀ ਜਾਣੀ ਮੰਨ ਕੇ ਚਲੋ, ਢਿੱਡੋਂ ਲੈ ਕੇ ਜਾਂਦੇ ਉਹਨਾਂ ਨੂੰ 26 ਦੀ ਕਿਹਾ ਸੀ। ਜੇ ਕੋਈ ਬੰਦਾ ਪਾਲਣ ਵਾਲਾ ਇਹਦੀ ਜਾਨ ਬਚ ਜੂ, ਅੱਜ ਵੀਡੀਓ 'ਚ ਤਾਂ ਹੀ ਪਾਈ ਆਪਾਂ ਇਹ ਦੁਬਾਰਾ। ਠੀਕ ਹੈ। ਜੇ ਕੋਈ ਮੇਰਾ ਮਿੱਤਰ ਕੋਈ ਸ਼ੌਂਕ ਨਾਲ ਪਾਲਣ ਵਾਲਾ ਹੋਇਆ ਬੰਦਾ ਹਨਾ, ਥਾਣ ਥੁਣ ਚੰਗੇ ਹੈ, ਪੂਰਾ ਟੌਪ ਦਾ ਥਾਣਾ ਜੀ, ਤਾਂ ਆਪਾਂ 21,000 ਦੀ ਵੀ ਦੇ ਦਾਂਗੇ ਪਾਲਣ ਵਾਲੇ। ਆਪਾਂ ਵਪਾਰ ਦਾ ਕੰਮ ਆ, ਪਾਲਣ ਦੇ ਮੱਥਾ ਮਾਰ ਦੇਣੇ ਨਾ। ਆਪਣੇ ਤਾਂ ਲੋਟ ਨਹੀਂ ਆਉਂਦਾ ਜੀ, ਆਪਣੇ ਤਾਂ ਇੱਕ ਪਸ਼ੂ ਫੜਦਾ ਉਹਨਾਂ ਨੂੰ, ਬਾਕੀ ਸਿੰਗੀ ਮਿੰਗੀ ਸਾਰੀ ਜੈੱਡ ਬਲੈਕ ਆ। ਸਰ 21,000 ਦੀ ਵੀਰ ਕਹਿੰਦਾ ਦੇ ਦਾਂਗੇ, 21,000 ਦੀ ਜਮਾ ਮਾਲ ਮੁੱਲ 'ਚ ਵਿਕਣੀ ਆ ਤੇ ਰਿਕਾਰਡ ਰਕੂਡ ਚੰਗੇ ਵਾਲੀ ਆ। ਬਹੁਤ ਜ਼ਿਆਦਾ ਜੈੱਡ ਬਲੈਕ ਆ ਜੀ, ਦੇਖੋ ਚਮੜੀ ਕਿੰਨੀ ਚੰਗੀ, ਸਾਰਾ ਕੁਛ ਹੱਥ ਧਰਾਣੀ ਟੀਕੇ ਦੇ ਕਾਬਲਾ ਬਿਲਕੁਲ। ਠੀਕ ਹੈ। ਸੋ ਵੀਡੀਓ ਦੇਖਣ ਲਈ ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦ।